ਸਤਿਕਾਰ ਕਰਨਲ ਸਾਹਿਬ ਸਤਿਕਾਰ ਓ ਵੈਲਕਮ ਵੈਲਕਮ ਬਾਦਰ ਸਿੰਘ ਜੀ ਕੀ ਹਾਲ ਚਾਲ ਨੇ ਸਾਡਾ ਇੱਕ ਦੋਸਤ ਹੈ ਜੀ ਅਨਮੋਲਦੀਪ ਸਿੱਧੂ TPA ਦੇ ਐਗਜ਼ਾਮ ਦੇ ਵਿੱਚ ਉਹਦੀ ਪਰਚੀ ਫੜੀ ਗਈ ਸੀ ਜੀ ਪਰਚੀ ਦਾ ਪਰਚੀ ਹੁੰਦੀ ਹੈ ਫਿਰ ਚਾਹੇ ਉਹ ਜਿਹੜੇ ਮਰਜ਼ੀ ਸਬਜੈਕਟ ਦੀ ਹੋਵੇ ਵੈਸੇ ਲੱਕੀ ਵਾਲੇ ਕੇਸ ਲਈ ਇੱਕ ਵਕੀਲ ਤਾਂ ਹੈ ਆਪਣੇ ਕੋਲ ਹਾਂ ਜੇ ਰੋਸ ਦਿਖਾਣਾ ਹੀ ਆ ਨਾ ਤਾਂ ਸਾਡੇ ਨਾਲ ਨਹੀਂ ਕਾਲਜ ਪ੍ਰਸ਼ਾਸਨ ਨਾਲ ਦਿਖਾਓ ਜੇ ਅਸੀਂ ਸਾਰੇ ਇਕੱਠੇ ਹੋ ਕੇ ਮੁਸੀਬਤ ਅੱਗੇ ਖੜ ਜਾਈਏ ਨਾ ਤਾਂ ਸਾਡੇ ਅੱਗੇ ਕੁਝ ਨਹੀਂ ਅੜ ਸਕਦਾ ਕੌਣ ਕੌਣ ਸਾ ਚਾਰਜ ਲਗਾਏ ਆਪ ਲੱਕੀ ਤੇ ਇਹ ਤਾਂ ਨਹੀਂ ਦੱਸ ਸਕਦਾ ਇਹਨਾਂ ਦਾ ਯਾਰ ਗਿਆ 2-3 ਸਾਲ ਹੀ ਹਨ ਸ਼ਗਨ ਸਿੱਧਾ ਬਣੋਗੇ ਜਾਂ ਬਚੋਲਾ ਬਾਈ ਮੈਨੂੰ ਬਾਪੂ ਜੀ ਦੀ ਬਹੁਤ ਯਾਦ ਆਉਂਦੀ ਹੈ ਮੈਨੂੰ ਕਢਾ ਲਓ ਯਾਰ ਇਦੋਂ ਇੱਕ ਵਾਰ ਛੇਤੀ ਤੈਨੂੰ ਉੱਥੇ ਪੜਾਵਾਂਗੇ ਕਿਤੇ ਤੁਸੀਂ ਹੁਣ ਅੰਦਰ ਹੋ ਜਾਓ ਚਲੋ ਠੀਕ ਹੈ ਮਾਮਲਾ ਰਫਾ ਦਫਾ ਕਰਵਾਉਣ ਕੇ ਲਈ ਸੱਚ 3 ਲੱਖ ਮੰਗ ਉਹ ਇਹਨਾਂ ਨਾਲ ਪੈਸੇ ਦੀ ਕੋਈ ਗੱਲ ਨਹੀਂ ਕਰਨੀ ਲੇਕਿਨ ਭਈਆ ਬੋਲ ਰਹਾ ਥਾ ਕਿ ਸੈਟਲਮੈਂਟ ਹੋ ਸਕਦਾ ਹੈ ਅਗਰ ਦੂਸਰਾ ਪਾਰਟੀ ਕੇਸ ਡ੍ਰੌਪ ਕਰ ਦੇ ਕਿਹੜਾ ਆਪਣਾ ਫੌਜੀ ਜਿਹੜੇ ਹਿਸਾਬ ਨਾਲ ਉਹਨੇ ਲਲਕਰੇ ਮਾਰ ਕੇ ਆਪਾਂ ਨੂੰ ਵਿੱਚੋਂ ਬਾਹਰ ਕੱਢਿਆ ਸੀ ਤੇਲਾ ਦਾ ਆਪਣੀ ਗੱਲ ਵੀ ਸੁਣੋ ਆਪਣੀ ਤਾਂ ਨਹੀਂ ਸੁਣੋ ਪਰ ਬਾਦਰ ਅੰਕਲ ਦੀ ਕਿਵੇਂ ਮੋੜੂ ਆਈ ਸਪੋਰਟ ਅਨਮੋਲ ਇੱਕ ਪਰਚੀ ਦੇ ਕਰਕੇ ਅਨਮੋਲ ਨੂੰ 2 ਸਾਲ ਲਈ ਰੈਸਟੇਟ ਕਰਨਾ ਬਹੁਤ ਗਲਤ ਗੱਲ ਹੈ ਬਾਕੀ ਅਨਮੋਲ ਪਰਚੀ ਲੈ ਕੇ ਆਉ ਇਹ ਗੱਲ ਤੇ ਸਾਨੂੰ ਯਕੀਨ ਨਹੀਂ ਹੈਗਾ ਉਹ ਕਿਉਂ ਕਿਉਂਕਿ ਉਹ ਕੰਪਿਊਟਰ ਇੰਜੀਨੀਅਰ ਦਾ ਸਟੂਡੈਂਟ ਹੋ ਕੇ ਸਾਡੇ ਇਲੈਕਟ੍ਰੀਕਲ ਵਾਲਿਆਂ ਦੇ ਡਾਊਟ ਵੀ ਕਲੀਅਰ ਕਰਦਾ ਹੁਣ ਤੁਸੀਂ ਆਪ ਦੱਸੋ ਕਿ ਇੰਨਾ ਇੰਟੈਲੀਜੈਂਟ ਸਟੂਡੈਂਟ ਪਰਚੀ ਕਿਵੇਂ ਇਹਦੇ ਤੇ ਕਰਾ ਲਏ ਨਾ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਸਾਰੇ ਸਟੂਡੈਂਟਸ ਦੇ ਸਨ ਹਾਂਜੀ ਹਾਂਜੀ ਵੀਰੇ ਬਸ ਇਹ ਐਪਲੀਕੇਸ਼ਨ ਆਪਾਂ ਹੁਣ ਪ੍ਰਿੰਸੀਪਲ ਸਰ ਨੂੰ ਦਿੰਨੇ ਜਾ ਕੇ ਸੁਖਚੈਨ ਹਲੇ ਜਸ ਸੁਣੀ ਵੀ ਆ ਗਏ ਹਲੇ ਜਸ ਤੁਸੀਂ ਵੀ ਕਰ ਦਿਓ ਇੱਥੇ ਸਰ ਹੋਰ ਕੀ ਹਾਲ ਨੇ ਹਾਲ ਤਾਂ ਠੀਕ ਨੇ ਪਰ ਸਾਈਨ ਕਾਦੇ ਲਈ ਇਹ ਅਨਮੋਲ ਦੀ ਪਰਚੀ ਦਿਖਾਉਣ ਲਈ ਆਪਾਂ ਸਾਰੇ ਇੰਜੀਨੀਅਰ ਡਿਪਾਰਟਮੈਂਟ ਦੇ ਸਟੂਡੈਂਟ ਇਕੱਠੇ ਹੋ ਕੇ ਪ੍ਰਿੰਸੀਪਲ ਸਰ ਨੂੰ ਇੱਕ ਐਪਲੀਕੇਸ਼ਨ ਭੇਜ ਰਹੇ ਆ ਉਹ ਇਕੱਠੇ ਹੋ ਕੇ ਕੱਲ ਤੱਕ ਤਾਂ ਤੁਹਾਡੇ ਜੋ ਸਾਨੂੰ ਕੋਈ ਨਾਲ ਨਹੀਂ ਸੀ ਬਿਠਾ ਕੇ ਰਾਜੀ ਤੇ ਅੱਜ ਕਿਵੇਂ ਇਕੱਠੇ ਹੋ ਗਏ ਉਹਦੇ ਲਈ ਸੌਰੀ ਆ ਬਾਈ ਕੱਲ ਜਸ ਬਾਈ ਦੀਆਂ ਗੱਲਾਂ ਸੁਣ ਕੇ ਸਾਨੂੰ ਅਹਿਸਾਸ ਹੋਇਆ ਕਿ ਕਲਾਸ ਯੂਨਿਟੀ ਕੀ ਚੀਜ਼ ਹੁੰਦੀ ਹੈ ਤੇ ਇਸੇ ਕਰਕੇ ਆਪਣੀ ਸਾਰੀ ਕਲਾਸ ਦੇ ਸਟੂਡੈਂਟਸ ਨੇ ਇੱਕ ਕੰਪੇਨ ਚਲਾਇਆ ਆਈ ਸਪੋਰਟ ਅਨਮੋਲ ਤੇ ਇਹ ਸਾਰਾ ਉਸੇ ਦਾ ਨਤੀਜਾ ਹੈ ਕੀ ਬਾਤ ਆ ਸੁਖਚੈਨ ਪੱਕਾ ਕਾਮਰੇਡ ਆ ਪੂਰਾ ਰੌਲਾ ਪੈਣ ਤੇ ਹੀ ਬਾਹਰ ਨਿਕਲਿਆ ਸੋ ਦਰਸ਼ਕੋ ਇਹ ਸੀ ਇਲੈਕਟ੍ਰੀਕਲ ਬ੍ਰਾਂਚ ਦੇ ਸਟੂਡੈਂਟਸ ਹੁਣ ਸਾਡੇ ਨਾਲ ਨੇ ਅਨਮੋਲ ਦੇ ਕਲਾਸਮੇਟਸ ਜੋ ਦੇ ਨਾਲ ਰਹਿੰਦੇ ਵੀ ਰਹੇ ਨੇ ਏਕਮਵੀਰ ਜਸਪ੍ਰੀਤ ਤੇ ਰੁਪਿੰਦਰ ਤੁਹਾਡਾ ਸਵਾਗਤ ਹੈ ਕੈਂਪਸ ਨਿਊਜ਼ ਤੇ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਕੈਂਪੇਨ ਚੱਲ ਰਿਹਾ ਹੈ #ISportAnmol ਉਸ ਦੇ ਵਿੱਚ ਵਿਦਿਆਰਥੀਆਂ ਵੱਲੋਂ ਇੱਕ ਮੁੱਖ ਪੁਆਇੰਟ ਰੱਖਿਆ ਜਾ ਰਿਹਾ ਉਹ ਇਹ ਹੈ ਕਿ ਜਿਹੜੀ ਪਰਚੀ ਅਨਮੋਲ ਕੋਲੋਂ ਫੜੀ ਗਈ ਹੈ ਉਹ CPA ਦੇ ਪੇਪਰ ਦੀ ਹੈ ਹੀ ਨਹੀਂ ਇਹ ਤੁਸੀਂ ਕਿਸ ਬੁਨਿਆਦ ਤੇ ਕਹਿ ਰਹੇ ਹੋ ਕਿਉਂਕਿ ਜੀ ਜਿਹੜੀ CPA ਸਬਜੈਕਟ ਹੁੰਦਾ ਉਹਦੇ ਵਿੱਚ ਕੋਡਿੰਗ ਨਹੀਂ ਹੁੰਦੀ ਤੇ ਉਹ ਪਰਚੀ ਦੇ ਵਿੱਚ ਕੋਡਿੰਗ ਸੀਗੀ ਅੱਛਾ ਮਤਲਬ ਇਹ ਪਰਚੀ ਉਹਨੇ C++ ਤੇ ਜਾਵਾ ਲਈ ਬਣਾਈ ਸੀ ਤੇ ਫੜੀ CPA ਦੇ ਪੇਪਰ ਵਿੱਚੋਂ ਗਈ ਹੈ ਨਹੀਂ ਨਹੀਂ ਜੀ ਮੇਰੇ ਕਹਿਣ ਦਾ ਇਹ ਮਤਲਬ ਹੈ ਕਿ ਅਨਮੋਲ ਨੇ ਉਹ ਪਰਚੀ ਬਣਾਈ ਹੀ ਨਹੀਂ ਸੀ ਅੱਛਾ ਜਿਵੇਂ ਆਪਾਂ ਕਿਸ ਤੋਂ ਅਸਾਈਨਮੈਂਟ ਬਣਵਾ ਲੈਂਦੇ ਹਾਂ ਉਵੇਂ ਅਨਮੋਲ ਕਿਸ ਤੋਂ ਪਰਚੀ ਬਣਵਾਈ ਹੈ ਤੁਸੀਂ ਇੱਕ ਗੱਲ ਦੱਸੋ ਜੀ ਜਿਹੜਾ ਬੰਦਾ ਅੱਖਾਂ ਬੰਦ ਕਰਕੇ ਮੈਂ ਦੇ ਸਵਾਲ ਹੱਲ ਕਰ ਸਕਦਾ ਉਹ ਪਰਚੀ ਲੈ ਕੇ ਆਊਗਾ ਜੇ ਪਰਚੀ ਲੈ ਕੇ ਵੀ ਆਊਗਾ ਤਾਂ ਪਰਸ 'ਚ ਪਾ ਕੇ ਲੈ ਕੇ ਆਊਗਾ ਫਿਰ ਉਹ ਪਰਚੀ ਉਹਦੇ ਪਰਸ 'ਚ ਆਈ ਕਿਵੇਂ ਵਾਈਫਾਈ ਨਾਲ ਸਾਡੇ ਕਹਿਣ ਦਾ ਇਹ ਮਤਲਬ ਹੈ ਜੀ ਕਿ ਕਿਸੇ ਹੋਰ ਵੱਲੋਂ ਪਾਈ ਗਈ ਆ ਉਹ ਬ੍ਰੇਕਿੰਗ ਨਿਊਜ਼ ਅਨਮੋਲ ਦੇ ਕੇਸ 'ਚ ਇੱਕ ਨਵੀਂ ਗੱਲ ਸਾਹਮਣੇ ਕਿ ਨਾ ਤਾਂ ਉਹਨੇ ਪਰਚੀ ਬਣਾਈ ਤੇ ਨਾ ਹੀ ਪਰਸ 'ਚ ਪਾਈ ਤੇ ਫਿਰ ਉਹਨੂੰ ਕੌਣ ਫਸਾ ਰਿਹਾ ਭਾਈ ਸਿੱਧੇ ਤੌਰ ਤੇ ਜੀ ਅਸੀਂ ਕਿਸੇ ਦਾ ਨਾਂ ਤਾਂ ਨਹੀਂ ਲੈਣਾ ਚਾਹਾਂਗੇ ਪਰ ਇਹ ਜੇ ਕਈ ਲੋਕ ਨੇ ਜਿਹੜੇ ਆਪ ਤਾਂ ਟੌਪ ਕਰ ਨਹੀਂ ਸਕਦੇ ਤੇ ਦੂਜਿਆਂ ਨੂੰ ਕਰਦੇ ਦੇਖ ਨਹੀਂ ਸਕਦੇ ਦੇਖੋ ਤੁਹਾਡੀ ਗੱਲਾਂ ਸੁਣਨ ਨੂੰ ਬਹੁਤ ਫਿਲਮੀ ਜੀ ਲੱਗ ਰਹੀਆਂ ਨੇ ਤੇ ਚਲੋ ਅਸੀਂ ਯਕੀਨ ਵੀ ਕਰ ਲੈਨੇ ਪਰ ਪ੍ਰਸ਼ਾਸਨ ਦਾ ਸਬੂਤ ਮੰਗਦਾ ਨਾ ਕਿ ਅਸੀਂ ਸਬੂਤ ਦੇ ਆਧਾਰ ਤੇ ਹੀ ਗੱਲ ਕਰ ਰਹੇ ਹਾਂ ਤਰਸ ਦੇ ਆਧਾਰ ਤੇ ਨਹੀਂ ਗੱਲ ਕਰ ਰਹੇ ਉਹ ਕਿਵੇਂ ਹਾਂ ਆਪਾ ਚਲੋ ਭਈਆ ਮੈਂ ਤੁਹਾਡੇ ਕੈਮਰਾਮੈਨ ਨੂੰ ਕਹਿਣਾ ਚਾਹੂੰਗਾ ਜੀ ਕਿ ਇਸ ਪੇਜ ਤੇ ਜ਼ੂਮ ਕਰਨ ਬਾਈ ਜ਼ੂਮ ਇਨ ਵਾਲਾ ਬਟਨ ਟੁੱਟਿਆ ਹੋਇਆ ਤੇ ਲੱਤਾਂ ਤਾਂ ਨਹੀਂ ਟੁੱਟੀਆਂ ਹੋਈਆਂ ਇੱਧਰ ਨੂੰ ਆ ਜਾ ਗਗਨਦੀਪ ਸਿੰਘ ਵਰਸਸ PUT ਇਹਦਾ ਵੀ ਸੇਮ ਇਹੀ ਅਨਮੋਲ ਵਾਲਾ ਕੇਸ ਪਰਚੀ ਫੜੀ ਗਈ ਸੀ ਜਦੋਂ ਇਹਨੇ ਕੋਰਟ ਦੇ ਵਿੱਚ ਕੇਸ ਕੀਤਾ ਤਾਂ ਇਹ ਕੇਸ ਜਿੱਤ ਗਿਆ ਕੋਰਟ ਨੇ ਕਾਲਜ ਵਾਲਿਆਂ ਨੂੰ ਆਰਡਰ ਦਿੱਤੇ ਕਿ ਇਹਦੀ ਇਨਵੈਸਟੀਗੇਸ਼ਨ ਨਾਲ ਦੀ ਨਾਲ ਸ਼ੁਰੂ ਕੀਤੀ ਜਾਵੇ ਤੇ ਸਾਰਿਆਂ ਨੂੰ ਪਰਸਨਲ ਲੌਕਰ ਅਲਾਟ ਕੀਤਾ ਤੇ ਹੁਣ ਕਾਲਜ ਵਾਲੇ ਆਪ ਹੀ ਦੇਖ ਲੈਣ ਕਿ ਉਹਨਾਂ ਨੇ ਅਨਮੋਲ ਨੂੰ ਸਿੱਧਾ ਇਹਦਾ ਮਾਫ ਕਰਨਾ ਕਿ ਉਹਨਾਂ ਨੂੰ ਅਸੀਂ ਕੋਰਟ 'ਚ ਕਿਹੜੀ ਸੀ ਕੋਰਟ 'ਚ ਲੈ ਕੇ ਜਾਵਾਂਗੇ ਜੀ ਗੱਲ ਬਹਾਨੇ ਨਾਲ ਲੌਕਰ ਤਾਂ ਮਿਲਣਗੇ ਸੋ ਦਰਸ਼ਕੋ ਕਾਫੀ ਦਿਲਚਸਪ ਗੱਲਾਂ ਸੁਣਨ ਨੂੰ ਮਿਲੀਆਂ ਅਨਮੋਲ ਦੇ ਸਾਥੀਆਂ ਵੱਲੋਂ ਹੁਣ ਦੇਖਣਾ ਇਹ ਹੋਵੇਗਾ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਪਰਚੀ ਡੀਜ਼ੀ ਦੇ ਦਿੱਤੇ ਗਿਫਟ 'ਚੋਂ ਨਿਕਲੀ ਹੈ ਮੈਨੂੰ ਡਰ ਆ ਕਿਤੇ ਇਹ ਗੱਲ ਡੀਜ਼ੀ ਤੱਕ ਨਾ ਪਹੁੰਚੇ ਨਾ ਸੰਜੀਵ ਤੂੰ ਗੱਲ ਟਾਲ ਨਹੀਂ ਸਕਦਾ ਸਰ ਕੋਈ ਬਹਾਨਾ ਲਾ ਦਿੰਦਾ ਕਿ ਬਾਅਦ 'ਚ ਆ ਜਾਇਓ ਸਿੱਧੀ ਮੂੰਹ 'ਤੇ ਨਾ ਕਰਨ ਦੀ ਕੀ ਲੋੜ ਸੀ ਸੌਰੀ ਸਰ ਪਰ ਤੁਹਾਨੂੰ ਪਤਾ ਕਿ ਦਫ਼ਤਰੀ ਕੰਮਾਂ ਕਾਰਾਂ ਕਰਕੇ ਦਿਮਾਗ ਪਹਿਲੇ ਗਰਮ ਰਹਿੰਦਾ ਇੱਕ ਤੋਂ ਭਈਆ ਜੇ ਮੇਰੇ ਦੇ ਕਾਰਡ ਦਾ ਰੋਹ ਮਰ ਜਾਂਦਾ ਸੀ ਅਤੇ ਉੱਤੋਂ ਉਹਦੇ ਨਾਲ ਦੇ ਨੇ ਵੀ ਮੇਰੇ ਨਾਲ ਸਿੱਧੇ ਮੂੰਹ ਗੱਲ ਨਹੀਂ ਕੀਤੀ ਯੁਵਰਾਜ ਬੇਟਾ ਘਬਰਾਉਂਦੇ ਕਿਉਂ ਆਪਣੇ ਕਾਰਜ ਦੀ ਤਾਂ ਪਾਲਿਸੀ ਹੈ
कि एडमिन बुला किसी को पेपर नहीं दिखा सकता। बलबीर सर पॉलिसियां चेंज होंदे टाइम नहीं लगता, जे दिखाना पै गया फिर की है, परची तो सी पी आई जो निकलूगी। क्यों भी गुरु जी आह कोडिंग वाली परची की गल कर रहे कहते सही तो नहीं। की गल बोलदा नहीं भाई? वो सही कह रहे हैं जी, कोडिंग वाली पर्ची सालिया जो तो पेपर CPI दा सी तां पर्ची भी CPI दी बनाउणी सी ना भाई। पर्ची ना पर्ची हुंदी, मैं तां हुण तक यही सुणदा रहा। नाले मैनूं की पता सी भी आ केस वाला जबखाना वेच लैणगे, मेथों गलती होगी भाई जी, मैनू माफ कर। तेरी इस गलती करके ना मैं डैड ते डेजी नूं मुंह दिखाउण जोगा नहीं रहा। पता तेनू युवराज बेटा ठंड रख ठंड, आपां इह नौबत नहीं आउण देणी, आपां परची बदल देनी है। एडमिन ब्लॉक अपने हाथ च है, क्यों संजीव जी? जी नहीं नहीं सर मुश्किल है। क्यों? क्योंकि एडमिन ब्लॉक की सिक्योरिटी बहुत सख्त है, तो जो हॉल से पेपर रखे जाते हैं वो गेट सिर पेपर की चैकिंग वे खुलते हैं। सिक्योरिटी हैड अपना खास आ, मैं उन्होंने कह के एडमिन ब्लॉक खुलवा दिना, तुम आप परची चेंज वाला काम ना अज रात ही कर दो। सर अज रात? क्यों जगराते तो जाना? नहीं सर उत्थे पुराने तो नवे हज़ार पेपर पे ने, तीन पेपर जो कल अनमोल का पेपर लभना कोई आसान गल नहीं। पेपर जमा करवा करवा रखी जाने घट्टो घट यह पता होना चाहिए कि पेपर कितने पे ने। हूँ सर यह PN पता। तेरा मतलब ब्रजेश? हाँ जी। वो तो जी अपना बंदा खास, बस काम बन गया समझो। ते हाँ सर इस बार ना पर्ची बनाने वाला काम भी तुसी आप ही सामले हो। बाबा जी लक्की का घर कित्थे है? उस साले लक्की की पता होना, लखविंदर पुछ। लखविंदर सिंह जी अपने बहादुर सिंह का मुंडा जी। अबे मुड़के सीधे कोने ते घर उसे दई। ठीक है जी, थैंक यू जी। आजा आजा पूछन, खप्पे पासों घेर गया मेरे सालियां नु। अरे भैया हमरे साथ में रहो, ऐसे मर मरा जाओगे कोई फायदा नहीं होगा फिर। आहो तू आ गया बड़ा बाहुबली जिहड़ा बचा लेगा मेनू। अरे भैया सामने से देखो ना बंदे, देखो पिछली तरफ से बंदे आ उधर। अरे का कर रहे हो भाई? वो किया यार रूप देख के नहीं ब्रेक मारता था, इधर मेरा बंदा मरवाता। खेलते आप नहीं हो अच्छे से, दोस्त दूसरों को देते रहते। वाली हवा जी ना करो, ये तो अपनी टीम के बंदे मैं बंदा मार नहीं सकता, इधर तेन मैं दस दिता बड़े प्लेयर। अच्छा ऐसा बात है, कस्टम रूम लगाते हैं आओ। कस्टम रूम वो की चीज है? कस्टम रूम बनाकर ना हम अपने दोस्तों को ऐड कर सकते हैं और एक दूसरे के खिलाफ भी लड़ सकते हैं। आओ बताते हैं आपको। आओ चल आ जा पक्के में, तेन का मैं के नाता नहीं सड़ी। आओ 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 मार मार मारो ना मारो, क्या हो गया क्या हो गया, मार 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 कर। ओहो क्या हुआ भैया, दिख नहीं रहा है क्या, हम कहाँ तक पड़ रहा है? ये हेडशॉट देंगे इसको एक मिनट। आह ओ यार वो हरा गया साला। वाह करा लक्की दा यार, पिंड वाले ने तो यही दसिया यार, दिखता रहा नहीं कोई। वो दिखता ता जे कोई होवे इत्थे, वो मेरी गल मनु आपा दोबारा पुछदे आ, मेनू लगदा लक्की दा घर आ यार। आओ ओए बल्ले 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 अज मेरे शेर पुत इत्थे। ओ शाबाश या शाबाश है भाई, अज मेरे शेर पुत मेनू इत्थे मिलना है। सत श्री अकाल जी। ओ सत श्री अकाल मेरे बच्चिया, ओ तू तो 1 इंच होर वधिया लगदा है। अगला शिकाल जी। ओ सत श्री अकाल एक पुत्र, ओ होर जस मेरे बच्चे ठीक हो ना, कैम हो, गले गुले साफ है, ले फिर अज लाने पिंड च रौनक। ओ लक्की पुत्र ओ जा सलीम दे करो बाजा ले गया। हाँ लक्की, हाँ गुरुद्वारा साहब चला गया ना आँदी मत्था टेकन। हाँ चंगे तुसी आ करो बैठो, मैं थोड़े लिए दुध बना के लेके आया। हाँ अंकल। हाँ हाँ पुत्र। हाँ अंकल
ਦੱਸੋ ਪੁੱਤ ਬੋਲੋ ਕੁਝ ਚੁੱਪ ਕਿਉਂ ਹੋਗੇ ਤੁਸੀਂ ਅੰਕਲ ਦਰਸਲ ਅਸੀਂ ਇਕੱਲੇ ਹੀ ਆਏ ਹਾਂ ਲੱਕੀ ਨਹੀਂ ਆਇਆ ਕਿਉਂ ਉਹ ਥਾਣੇ ਆ ਜੀ ਥਾਣੇ ਮੇਰਾ ਕੀ ਵਾਹਿਗੁਰੂ ਬਸ ਜੀ ਫਿਰ ਅਖੀਰਲੇ ਪੇਪਰ ਵਾਲੇ ਦਿਨ ਪੁਲਿਸ ਲੱਕੀ ਨੂੰ ਲੈ ਗਈ ਤੁਸੀਂ ਉਹਨੂੰ ਮਿਲਣ ਗਏ ਸੀ ਜੀ ਮਿਲ ਕੇ ਆਇਆ ਜੀ ਕਿਵੇਂ ਹੈ ਮੇਰਾ ਪੁੱਤ ਠੀਕ ਤਾਂ ਹੈਗਾ ਜੀ ਪਰ ਥੋੜ੍ਹਾ ਜਿਹਾ ਘਬਰਾਇਆ ਹੋਇਆ ਪੁਲਿਸ ਨੇ ਵਾਲਾ ਕੁੱਟਿਆ ਮਾਰਾ ਦਿਨ ਨਹੀਂ ਨਹੀਂ ਅੰਕਲ ਪੁਲਿਸ ਤਾਂ ਬਲ ਕੇ ਸਾਥ ਦੇ ਰਹੀ ਹੈ ਜੀ ਉਹ ਤਾਂ ਮਾਮਲਾ ਰਫਾ ਦਫਾ ਕਰਨ ਨੂੰ ਵੀ ਮੰਨ ਗਏ ਨੇ ਪਰ ਕੀ ਪੁੱਤ ਪਰ ਕੀ ਮੈਨੂੰ ਦੱਸੋ ਪਰ ਕੀ ਪਰ ਜਿਹਨੇ ਕੇਸ ਕਰਿਆ ਜੀ ਆਪਾਂ ਨੂੰ ਉਹਨੂੰ ਮਨਾਉਣਾ ਪੈਣਾ ਤੇ ਫਿਰ ਕੀ ਹੋਇਆ ਚਲੋ ਮੇਰੇ ਨਾਲ ਚਲੋ ਮੈਨੂੰ ਦੱਸੋ ਤਾਂ ਘਰ ਕਿੱਥੇ ਚਲੋ ਉਹ ਤਾਂ ਜੀ ਹੁਣ ਫੌਜੀ ਅੰਕਲ ਹੀ ਦੱਸ ਸਕਦੇ ਨੇ ਦੇਖੋ ਬਹਾਦਰ ਸਿੰਘ ਜੀ ਤੁਸੀਂ ਚੰਗੇ ਇਨਸਾਨ ਹੋ ਤੇ ਮੈਂ ਦਿਲ ਤੋਂ ਤੁਹਾਡੀ ਰਿਸਪੈਕਟ ਕਰਦਾ ਪਰ ਜੋ ਤੁਹਾਡੇ ਬੱਚੇ ਨੇ ਕੀਤਾ ਨਾ ਇੱਕ ਫੌਜੀ ਹੋਣ ਦੇ ਨਾਤੇ ਮੈਂ ਉਸਨੂੰ ਕਦੇ ਮਾਫ਼ ਨਹੀਂ ਕਰ ਸਕਦਾ ਖੜੀ ਸਾਹਿਬ ਤੁਹਾਡੀ ਨਿਰਾਸ਼ਗੀ ਜਾਇਜ਼ ਹੈ ਜੋ ਕੁਝ ਵੀ ਲੱਕੀ ਨੇ ਕੀਤਾ ਬਹੁਤ ਗਲਤ ਕੀਤਾ ਇਸ ਸਭ ਲਈ ਜ਼ਿੰਮੇਵਾਰ ਮੈਂ ਹਾਂ ਬਹਾਦਰ ਸਿੰਘ ਜੀ ਤੁਸੀਂ ਕਿਵੇਂ ਜ਼ਿੰਮੇਵਾਰ ਹੋ ਸਕਦੇ ਹੋ ਜ਼ਿੰਮੇਵਾਰ ਤਾਂ ਇਹ ਲੋਕ ਨੇ ਜਿਨ੍ਹਾਂ ਨੇ ਲੱਕੀ ਨੂੰ ਰੋਕਣਾ ਤਾਂ ਕੀ ਸੀ ਬਲਕਿ ਉਸਨੂੰ ਹਰ ਵਾਰ ਹੱਲਾ ਸ਼ੇਰੀ ਦਿੰਦੇ ਨੇ ਨਹੀਂ 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 ਕਰਨਲ ਸਾਹਿਬ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਇਹ ਸਭ ਗਲਤੀ ਮੇਰੀ ਹੈ ਜੇ ਮੈਂ ਆਪਣੇ ਗਰੀਬ ਪੁੱਤ ਨੂੰ ਐਡੇ ਵੱਡੇ ਕਾਲਜ 'ਚ ਪੜ੍ਹਨ ਨਾ ਪਾਉਂਦਾ ਤਾਂ ਸ਼ਾਇਦ ਅੱਜ ਲੱਕੀ ਜੇਲ੍ਹ ਵਿੱਚ ਨਾ ਹੁੰਦਾ ਵੱਡੇ ਕਾਲਜ ਦੇ ਬੱਚਿਆਂ ਦੀਆਂ ਜ਼ਰੂਰਤਾਂ ਵੀ ਵੱਡੀਆਂ ਹੁੰਦੀਆਂ ਨੇ ਇਸ ਗੱਲ ਦਾ ਮੈਨੂੰ ਅੰਦਾਜ਼ਾ ਨਹੀਂ ਸੀ ਹਰ ਮਹੀਨੇ ਦੀ ਜੇਬ ਖਰਚੀ ਰੋਜ਼ ਨਵੇਂ ਨਵੇਂ ਕੱਪੜੇ ਮਹਿੰਗੇ ਮਹਿੰਗੇ ਫੋਨ ਇਹ ਸਭ ਕੁਛ ਲੈ ਕੇ ਦੇਣਾ ਮੇਰੀ ਔਕਾਤ ਤੋਂ ਬਾਹਰ ਸੀ ਇਸੇ ਲਈ ਲੱਕੀ ਨੇ ਗਲਤ ਰਾਹ ਚੁਣਿਆ ਉਹ ਤਾਂ ਬਾਰਵੀਂ ਤੋਂ ਬਾਅਦ ਵੀ ਮੇਰੇ ਨਾਲ ਖੇਤਾਂ ਵਿੱਚ ਕੰਮ ਕਰਨਾ ਚਾਹੁੰਦਾ ਸੀ ਫਿਰ ਮੈਂ ਨਹੀਂ ਸੀ ਚਾਹੁੰਦਾ ਕਿ ਉਹ ਵੀ ਮੇਰੇ ਵਾਂਗੂ ਮਿੱਟੀ ਨਾਲ ਮਿੱਟੀ ਹੋਵੇ ਮੈਂ ਚਾਹੁੰਦਾ ਸੀ ਕਰਨਲ ਸਾਹਿਬ ਮੇਰਾ ਇੱਕੋ ਇੱਕ ਪੁੱਤਰ ਪੜ੍ਹ ਲਿਖ ਕੇ ਵੱਡਾ ਅਫਸਰ ਬਣੇ ਇਸੀ ਜਿੱਦ ਦੇ ਕਾਰਨ ਉਸਨੂੰ ਕਾਲਜ ਪੜ੍ਹਨੇ ਪਾਇਆ ਤੁਸੀਂ ਦੱਸੋ ਕਸੂਰਵਾਰ ਮੈਂ ਹੀ ਹੋਇਆ ਨਾ ਮੈਂ ਹੀ ਕਸੂਰਵਾਰ ਹੈ ਨਹੀਂ ਨਹੀਂ ਰੋਵੋ ਨਾ ਬਹਾਦਰ ਸਿੰਘ ਜੀ ਤੁਸੀਂ ਰੋਵੋ ਨਾ ਮੈਂ ਸਵੇਰੇ ਤੁਹਾਨੂੰ ਅਸ਼ੋਕ ਲਾਲ ਜੀ ਕੋਲ ਲੈ ਕੇ ਜਾਵਾਂਗਾ ਆਖਿਰਕਾਰ ਉਹ ਵੀ ਇੱਕ ਪਿਓ ਹੈ ਉਹ ਤੁਹਾਡੀ ਮਜਬੂਰੀ ਜ਼ਰੂਰ ਸਮਝੇਗਾ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਮੈਂ ਤੁਹਾਡਾ ਅਹਿਸਾਨ ਕਦੇ ਨਹੀਂ ਭੁੱਲ ਸਕਦਾ ਕਰਨਲ ਸਾਹਿਬ ਬਹਾਦਰ ਸਿੰਘ ਜੀ ਇਹ ਤੁਸੀਂ ਕੀ ਕਰ ਰਹੇ ਹੋ ਤੁਹਾਡੀ ਜਗ੍ਹਾ ਮੇਰੇ ਪੈਰਾਂ 'ਚ ਨਹੀਂ ਮੇਰੇ ਦਿਲ 'ਚ ਹੈ ਮੇਰੇ ਗਲੇ ਲੱਗੋ ਤੁਸੀਂ ਆਪਣੇ ਹੰਝੂ ਪੂੰਝੋ ਅਤੇ ਅੱਜ ਰਾਤ ਤੁਸੀਂ ਮੇਰੇ ਕੋਲ ਇੱਥੇ ਰੁਕ ਜਾਓ ਜਿਵੇਂ ਤੁਹਾਡੀ ਮਰਜ਼ੀ ਕਰਨੀ ਚਾਹ
हाँ भी मडियो कहने की लोड़ ही नहीं अंकल असी अपना सारा समान गड्डी च नाल ही लेके आए हैं जी नाल ही ले जाओ गेट आउट बहादुर अंकल कुछ अपना ख्याल रखना पुत्र बहादुर सिंह जी चलो जी यार लक्की ने कदे दस्या नहीं भी ओहदा बचपन एडी गरीबी च लंघिया यार दसदा तां जे कदे बहादुर अंकल ने उहनूं फील होण दित्ता हुंदा बस यार कल ना एक बारी ओह अशोक पीड़ा मन जे अशोक पीड़ा नहीं अशोक लाल अरे का भैया कहाँ थे आप लोग की हो गया कब से फोन ट्राई कर रहे हैं किसी का फोन काहे नहीं लग रहा है यार की दसिए भूषणा सवेर दे धक्के खाई जाने यार हूँ तो साढ़े फोन भी साढ़े अंगू डेड हो गए भैया वो सब तो ठीक है आपके दोस्त आए थे का नाम था उसका सुख सुखवीर बादल अरे नहीं भैया शिनचैन सुखचैन हाँ सुखचैन शिनचैन अरे उन्होंने और आपके बाकी क्लासमेट्स ने एडमिन ब्लॉक के बाहर अनमोल भैया की रस्टिकेशन को रोकने के लिए धरना लगा दिया है धरना हाँ जी और उन्होंने ये भी बताया कि उन्होंने प्रिंसिपल सर को एक मांग पत्र सौंपा होगा तो उन्होंने उस पर कोनो कार्रवाई करने से मना कर दिया और उन्होंने ये भी बताया कि पेपर दिखाना कॉलेज की पॉलिसी के बिल्कुल खिलाफ तो बस रोक दिया धरना मतलब यार जो मंग पत्र लेके प्रिंसिपल सर को गए तो उन्होंने अगो कोई रिस्पोंस ही नहीं दिता बस फिर सारे स्टूडेंट्स ने मिलकर एडमिन ब्लॉक की घेराबंदी कर ली तो अपना जिंदा ठोकता बिल्डिंग हूँ जो तक वो पेपर नहीं दिखाते असी सारे ने फैसला लैके एडमिन ब्लॉक नहीं खोलांगे वो तो ठीक है पर फीलिंग ज्यादा नहीं छक गए शकी नहीं शिकाई गई है रोंदी कुरलोंदी तड़पदी छड़ गया सी मैनू तू बेवफावे हाल गणी तेरे होकियां दी तेनू शांतिपूर्वक तरीके दे नाल प्रदर्शन करना तो तुसी सारेयां ने किसी भी तरह का कोई हल्ला गुला नहीं करना ठीक है ते हुण तुसी गेट ते जाके बैठो किद्दां हीरत किवें हो तुसी दोने की हाल चाल तुहाडे बहुत वधिया तू दस पहला तुसी मैनूं दसो कि तुसी दोनों किथे सी मैं तुहानूं पता किन्नियां कॉल्स कीतियां यार दरअसल असीं ना बहुत जरूरी काम च फस गए उत्तों साडा फोन बंद हो गया वैसे बाय द वे फोन तां असीं भी तैनूं बहुत कीते ने ते मैडम दा कोई थां पता ही नहीं उल्टी चोर नहीं कतवाल पे बोले यार कदों आई है अज शाम नूं ही आई हाँ वैसे मूड तो है नहीं सी आउण दा पर जिवें ही अनमोल दे केस बारे पता चलिया तो अपना फर्ज निभाउणा गी वैसे चंगा फर्ज निभाया आउंदी धरने लवाते हैं चलो तुहाडा भी टाइम आ गया फर्ज निभाउण दा जरूर रात बाकी है मशाला पार के अनमोल नाल होई कोई गल पता नहीं यार केड़ी रब दी धुनी च वड़िया सवेर दा फोन आउट ऑफ रीच आई जांदा
वैसे पक्की गल है कि पर्ची सीपीआई दी नहीं सी? पक्की कच्ची दा तो यार बाद च पता लगूगा, अजे तो फिलहाल वो आप डाउट च। अच्छा उस दिन तुसी इंटरव्यू च कह रहे सी कि अनमोल दे वॉलेट विच पर्ची किसे होर ने पाई है, किहदी करतूत है? डेजी। डेजी? दरअसल जेड़े वॉलेट दे विचों अनमोल दी पर्ची फड़ी गई सी वो वॉलेट डेजी ने ही उन्हें गिफ्ट किया सी उहदे बर्थडे ते। सब तो ज्यादा यही चल रहे ਧਰਨੇ ਦੇ ਹਿਸਾਬ ਨਾਲ ਘੱਟ ਘੱਟ ਨਹੀਂ ਹੈਗਾ। ਤੁਸੀਂ ਉਹਦੀ ਟੈਨਸ਼ਨ ਨਾ ਲਓ, ਅਸੀਂ ਸਾਰਿਆਂ ਨੇ ਇੱਕ ਨੁੱਕੜ ਨਾਟਕ ਤਿਆਰ ਕੀਤਾ ਜਿਹਦੇ ਰਾਹੀਂ ਅਸੀਂ ਸਾਰੇ ਡਿਪਾਰਟਮੈਂਟਸ ਦੇ ਸਟੂਡੈਂਟਸ ਨੂੰ ਆਪਣੇ ਧਰਨੇ 'ਚ ਸ਼ਾਮਿਲ ਹੋਣ ਦੀ ਅਪੀਲ ਕਰਾਂਗੇ। ਵੈਸੇ ਸੁਖਮਣੀ, ਹਾਂਜੀ, ਤੈਨੂੰ ਕੀ ਲੋੜ ਆ ਨਾਟਕਾਂ ਨੂਟਕਾਂ ਦੀ? ਇੱਕ ਗੇੜਾ ਲਾ ਥੱਲੇ ਕਾਲਜ 'ਚ ਜਾ ਕੇ, ਦੇਖੀ ਨਾ 100-150 ਮੁੰਡਾ ਇਕੱਠਾ ਹੋ ਗਿਆ ਤੇਰੇ ਪਿੱਛੇ ਧਰਨੇ ਦੇ। ਅਬ ਕਿਆ ਕਰੇ ਸਰ, ये लोग तो यहाँ से उठने का नाम ही नहीं ले रहे। ऐन इन्हें साफ चुना ना, तो कोई होर इला करना ही पड़ा। हाँ संजीव, की रिपोर्ट है, उठे या नहीं? नहीं सर, इधर टस्तो मस नहीं हुए। मैं डिपार्टमेंट के गार्ड में भेज दा। सर एक अद्धे गार्ड नाल कुछ नहीं होना, घट्टो घट 10-15 गार्डा की लोड़ पैनी है इन्हां नूं इत्थों। मैं करदा सिक्योरिटी इंचार्ज नूं फोन, ਇਹਨਾਂ ਦੇ ਤਾਂ ਮੈਂ ਖਿਲਾਉਣਾ ਚਾਹੁੰਦਾ। ਏਕਮ ਇਨਕਲਾਬ, ਜਿੰਦਾ ਕਿਉਂ ਲਾਇਆ ਗੇਟ ਤੇ? ਕੀ ਹੋ ਗਿਆ? ਉਹ ਐਡਮਿਨ ਬਲੌਕ ਦੇ ਗੇਟ ਤੇ ਜਿੰਦਾ ਕਿਉਂ ਲਾਇਆ? ਆਪਣੇ ਹੱਕਾਂ ਦੀ ਲੜਾਈ ਲਈ। ਪਾਗਲਖਾਨੇ ਬੈਠੀ। ਅੱਛਾ, ਉੱਥੇ ਲਾਇਬ੍ਰੇਰੀ 24 ਘੰਟੇ ਖੁੱਲੀ ਹੋਣੀ ਹੈ ਨਾ? ਤੂੰ ਭਰਾਵਾ ਪਹਿਲਾਂ ਦਿਮਾਗ ਦੇ ਜੰਦੇ ਖੋਲ ਲਾ। ਪਾਗਲ ਡਿਕਲੇਅਰ ਕਰਤੀ ਕਾਲਜ ਵਾਲਿਆਂ ਨੇ ਤੇ ਨਾਲੇ PhD ਵੀ ਰੱਦ ਕਰਤੀ। ਯਾਰ PhD ਵਾਲੇ ਤਾਂ ਵੈਸੇ ਪੜ ਪੜ ਕੇ ਪਾਗਲ ਜਿਹੇ ਹੋਏ ਹੁੰਦੇ ਨੇ। ਚੱਕੋ ਆ ਗਈ ਛੋਟੀ ਵੀ ਵਾਰੀ। ਉਹ ਜੱਸ ਓਏ, ਇਤਿਹਾਸ ਰਿਹਾ, ਅੱਜ ਤੱਕ ਨਾ ਕਿਸੇ ਨੂੰ ਪੇਪਰ ਦਿਖਾਇਆ ਤੇ ਨਾ ਦਿਖਾਇਆ ਜਾਊਗਾ। ਫਿਰ ਇਤਿਹਾਸ ਕਿਸੇ ਨਾ ਕਿਸੇ ਨੇ ਤਾਂ ਬਦਲਣਾ ਹੀ ਹੁੰਦਾ ਬਾਈ ਜੀ। ਐ ਨਹੀਂ ਮੰਨਣਾ ਤੁਸੀਂ, ਤੋੜ ਦਿਓ ਜਿੰਦਾ। ਲੱਗਦਾ ਜਿੰਦਾ ਤੋੜਨ ਤੋਂ ਪਹਿਲਾਂ ਤੁਹਾਡੀਆਂ ਹੱਡੀਆਂ ਤੋੜਨੀਆਂ ਪੈਣਗੀਆਂ। ਗਾਰਡ,
मैं विजयराज सिंह चीमा थोड़ा सारिया का इस धरने विच शामिल होने ते धन्नवाद करदा। ओ सच अनमोल किथे है? बस आउंदी होणा जी। मैं तुहाडी अपनी नवदीप सिंह सुस्त पार्टी वल्लों। जो सिक्योरिटी गार्ड भाग गए हैं नी तो सिर्फ राठी की वजह असीं इत्थे सारे अनमोल दी सपोर्ट लई इकट्ठे होए आ। तुहाडा पार्टियां दा लैक्चर सुणन नहीं आए। जे तुसीं अपना धरना बंद ना कीता तां तुहानूं सब नूं रेस्टिगेट कर दित्ता जाऊगा। सत श्री अकाल जी, ਕਿਵੇਂ ਲੱਗਿਆ ਅੱਜ ਦਾ ਐਪੀਸੋਡ? ਕਮੈਂਟ ਕਰਕੇ ਜ਼ਰੂਰ ਦੱਸਿਓ। ਫ੍ਰੀ ਫਾਇਰ ਗੇਮ ਨੂੰ ਡਾਊਨਲੋਡ ਕਰਨ ਦੇ ਲਈ ਨੀਚੇ ਡਿਸਕ੍ਰਿਪਸ਼ਨ ਤੇ ਦਿੱਤੇ ਲਿੰਕ ਤੇ ਜ਼ਰੂਰ ਕਲਿੱਕ ਕਰਿਓ। ਤੇ ਸਾਡਾ 5th ਐਪੀਸੋਡ ਆ ਰਿਹਾ 24th ਆਫ ਅਕਤੂਬਰ ਨੂੰ ਸ਼ਾਮ 5 ਵਜੇ। ਸੋ ਟ੍ਰੋਲ ਪੰਜਾਬੀ ਦਾ ਚੈਨਲ ਸਬਸਕ੍ਰਾਈਬ ਕਰਨ ਦੇ ਲਈ ਮੇਰੇ ਰਾਈਟ ਸਾਈਡ ਦਿੱਤੇ ਬਟਨ ਤੇ ਜ਼ਰੂਰ ਕਲਿੱਕ ਕਰਿਓ ਤੇ ਨੋਟੀਫਿਕੇਸ਼ਨਸ ਰਿਸੀਵ ਕਰਨ ਦੇ ਲਈ ਬੈਲ ਆਈਕਨ ਨੂੰ ਦਬਣਾ ਨਾ ਭੁੱਲਿਓ।